ਹੈਲੀ ਮੈਂ ਆ ਕੀ ਸੁਣ ਕੇ ਆਈ ਆ ਕੀ ਸੁਣਿਆ ਏ ਜਿਹੜਾ ਮੈਨੂੰ ਇਹਨੇ ਗੁੱਸੇ ਨਾਲ ਬੋਲਣ ਲੱਗੇ ਹੋਏ ਆ ਚਾਚੀ ਕੋਲ ਜੁਗਲੀ ਕਰਕੇ ਆਈ ਆ ਉਹ ਮੰਮੀ ਜੀ ਮੈਂ ਕਿਸੇ ਕੋਲ ਕੋਈ ਚੁਗਲੀ ਨਹੀਂ ਕੀਤੀ ਨਹੀਂ ਤਾਂ ਮੈਨੂੰ ਕਿਉਂ ਬਿਨਾ ਮਤਲਬ ਦੁਖੀ ਕਰਨ ਲੱਗੀ ਹੋਈ ਆ ਕੱਲ ਜਾ ਕੇ ਆਈ ਆ ਨਾ ਉਹਨਾਂ ਦੇ ਘਰੇ ਹਾਂ ਜੀ ਜਾ ਕੇ ਆਈ ਆ ਫੇਰ ਕੀ ਹੋ ਗਿਆ ਫੇਰ ਤੂੰ ਮੇਰੇ ਬਾਰੇ ਉਹਨਾਂ ਕੋਲ ਚੁਗਲੀਆਂ ਕਰਕੇ ਆਈ ਆ ਮੰਮੀ ਮੈਂ ਸੱਚ ਕਹਿਣੀ ਆ ਮੈਂ ਤੁਹਾਡੇ ਖਿਲਾਫ ਤਾਂ ਕੋਈ ਗੱਲ ਕੀਤੀ ਹੋਈ ਨਹੀਂ ਨਾ ਜੇ ਤੈਂ ਮੇਰੇ ਖਿਲਾਫ ਕੋਈ ਗੱਲ ਨਹੀਂ ਕੀਤੀ ਤਾਂ ਫੇਰ ਉਹਨਾਂ ਨੇ ਆਪੇ ਗੱਲਾਂ ਬਣਾ ਲਈਆਂ ਮੰਮੀ ਮੈਨੂੰ ਨਹੀਂ ਪਤਾ ਚਾਚੀ ਨਾ ਤੁਹਾਨੂੰ ਝੂਠ ਬੋਲ ਰਹੇ ਨੇ ਉਹ ਨਹੀਂ ਝੂਠ ਬੋਲਦੀ ਤੂੰ ਹੀ ਝੂਠ ਬੋਲਦੀ ਆ ਚਲੋ ਮੰਨ ਲੈਨੀ ਆ ਵੀ ਮੈਂ ਝੂਠੀ ਆ ਪਰ ਮੈਨੂੰ ਇੱਕ ਵਾਰ ਇਹ ਤਾਂ ਦੱਸ ਦੋ ਵੀ ਮੈਂ ਉਹਨਾਂ ਨੂੰ ਇਹੋ ਜਿਹਾ ਕੀ ਕਹਿ ਆਈ ਤੁਹਾਡੇ ਬਾਰੇ ਜਿਹੜਾ ਤੁਸੀਂ ਆਉਣ ਸਾਰ ਮੇਰੇ ਨਾਲ ਲੜਨ ਲੱਗ ਗਏ ਵਾਹ ਨਹੀਂ ਤੇਰੇ ਬਾਈ ਚਲਾਕ ਨਾ ਬਣ ਨਾਲੇ ਚੋਰ ਨਾਲ ਜਿੱਤ ਰਹੀ ਆ ਮੰਮੀ ਜੀ ਮੈਂ ਨਾ ਤੁਹਾਨੂੰ ਪਿਆਰ ਨਾਲ ਪੁੱਛ ਰਹੀ ਆ ਮੈਨੂੰ ਇੰਨਾ ਦੱਸ ਦੋ ਵੀ ਮੈਂ ਤੁਹਾਡੇ ਖਿਲਾਫ ਕੀ ਬੋਲ ਕੇ ਆਈ ਆ ਉਹਨਾਂ ਨੂੰ ਵੱਡੀ ਆਈ ਪਿਆਰ ਵਾਲੀ ਤੂੰ ਤਾਂ ਮੇਰੀ ਬੇਇੱਜ਼ਤੀ ਨਾਲ ਰੱਜ ਕੇ ਕਰਕੇ ਆਈ ਆ ਉਹਨਾਂ ਦੇ ਕੋਲ ਮੰਮੀ ਪਹਿਲੀ ਗੱਲ ਤਾਂ ਇਹ ਮੈਂ ਤੁਹਾਡੀ ਕੋਈ ਉਹਨਾਂ ਕੋਲ ਗੱਲ ਹੀ ਨਹੀਂ ਕੀਤੀ ਹੈਗੀ ਦੂਜੀ ਗੱਲ ਚਾਚੀ ਤਾਂ ਹੈਗੀ ਫੱਫੇ ਕੁੱਟਣੀ ਆ ਉਹ ਤਾਂ ਇੱਕ ਦੀਆਂ ਚਾਰ ਲਾ ਕੇ ਦੂਜੇ ਨੂੰ ਦੱਸਦੀ ਆ ਨਹੀਂ ਤੂੰ ਬਾਲੀਆਂ ਸਫਾਈਆਂ ਨਾ ਦੇ ਮੈਂ ਨਾ ਤੈਨੂੰ ਜਾਣਦੀ ਆ ਮੰਮੀ ਤੁਸੀਂ ਨਾ ਮੈਨੂੰ ਜਾਣਦੇ ਨਹੀਂ ਜੇ ਜਾਣਦੇ ਹੁੰਦੇ ਨਾ ਕਿਸੇ ਦੀਆਂ ਗੱਲਾਂ 'ਚ ਨਾ ਆਉਂਦੇ ਨਹੀਂ ਮੈਂ ਇੰਨੀ ਨਿਆਣੀ ਵੀ ਨਹੀਂ ਜਿਹੜਾ ਮੈਨੂੰ ਕੋਈ ਆਪਦੀਆਂ ਗੱਲਾਂ 'ਚ ਫਸਾ ਲੂ ਮੰਮੀ ਨਹੀਂ ਕੀ ਮੰਮੀ ਉਹ ਮੇਰੇ ਬਾਰੇ ਕੀ ਸੋਚਦੀਆਂ ਹੋਣਗੇ ਵੀ ਮੈਂ ਤੈਨੂੰ ਦੁਖੀ ਕਰਕੇ ਰੱਖਿਆ ਹੋਇਆ ਜਦਕਿ ਉਹਨਾਂ ਨੂੰ ਇਹ ਨਹੀਂ ਪਤਾ ਵੀ ਦੁਖੀ ਤਾਂ ਤੈਂ ਮੈਨੂੰ ਕੀਤਾ ਹੋਇਆ ਯਾਰ ਮੈਂ ਨਾ ਤੁਹਾਡੀਆਂ ਆਵਾਜ਼ਾਂ ਕਦੋਂ ਤਾਂ ਸੁਣੀ ਜਾਂਦਾ ਗਵਾਂਢੀ ਵੀ ਬਿੰਗੇ ਟੇਢੇ ਹੋ ਹੋ ਦੇਖਦੇ ਨੇ ਵੀ ਇਹਨਾਂ ਨੂੰ ਕੀ ਹੋ ਗਿਆ ਹੋਰ ਨਾ ਸ਼ਰਮ ਸ਼ੁਰਮ ਕਰ ਲਿਆ ਕਰੋ ਮੇਰੀ ਵੀ ਸਾਰੀ ਨੀਂਦ ਖਰਾਬ ਕਰਕੇ ਧਰਤੀ ਨਾ ਦਿਨ ਦੇਖਦੀ ਹੋ ਨਾ ਰਾਤ ਦੇਖਦੀ ਹੋ ਜੀ ਮੈਨੂੰ ਤਾਂ ਕਿਸੇ ਗੱਲ ਦਾ ਹੀ ਨਹੀਂ ਪਤਾ ਵੀ ਗੱਲ ਕੀ ਆ ਮੰਮੀ ਮੇਰੇ ਨਾਲ ਉਈ ਲੜੀ ਜਾਂਦੇ ਨੇ ਆਹੋ ਮੇਰਾ ਨਾ ਦਿਮਾਗ ਖਰਾਬ ਹੋਇਆ ਹੋਇਆ ਨਾ ਜਿਹੜਾ ਮੈਂ ਤੇਰੇ ਨਾਲ ਉਈ ਬੈਸੀ ਜਾਂਦੀ ਆ ਓ ਮੰਮੀ ਫੇਰ ਤੁਸੀਂ ਮੈਨੂੰ ਗੱਲ ਦਾ ਦੱਸੋ ਨਾ ਵੀ ਗੱਲ ਕੀ ਹੋਈ ਆ ਤੁਹਾਡੇ ਦੋਨਾਂ 'ਚ ਵੀ ਆ ਤੇਰੀ ਨਾ ਚਾਚੀ ਕੋਲੇ ਕੱਲ ਜਾ ਕੇ ਆਈ ਆ ਫੇਰ ਉਹਨੂੰ ਕਹਿੰਦੀ ਮੇਰੀ ਸੱਸ ਤਾਂ ਡੱਕਾ ਨਹੀਂ ਤੋੜਦੀ ਕੰਮ ਦਾ ਜਦੋਂ ਦੇਖੋ ਮੇਰੀਆਂ ਬੁਰਾਈਆਂ ਕਰਦੀ ਰਹਿੰਦੀ ਰਿਸ਼ਤੇਦਾਰਾਂ ਕੋਲੇ ਮੰਮੀ ਮੈਂ ਇਹੋ ਜਿਹਾ ਚਾਚੀ ਨੂੰ ਕੁਛ ਵੀ ਨਹੀਂ ਕਿਹਾ ਤੂੰ ਚੁੱਪ ਕਰਨੀ ਮੈਂ ਤਾਂ ਤੇਰੀ ਚਾਚੀ ਨੇ ਇੰਨੇ ਸਾਲਾਂ ਦੀ ਵਰਤਦੀ ਆ ਮੈਨੂੰ ਕੀ ਉਹਦਾ ਸਵਾਦ ਆ ਪਤਾ ਨਹੀਂਗਾ ਹੋਰ ਤਾਂ ਹੋਰ ਪੁੱਤ ਇਹ ਮੈਨੂੰ ਕਹਿੰਦੀ ਹੈ ਕੋਈ ਵੀ ਰਿਸ਼ਤੇਦਾਰ ਆ ਜੇ ਵੀ ਮੈਂ ਕੋਲੋਂ ਨਹੀਂ ਉੱਠਦੀ ਕਹਿੰਦੀ ਨਾ 100 ਪ੍ਰਾਈਵੇਟ ਗੱਲਾਂ ਹੁੰਦੀਆਂ ਨੇ ਜਿਹੜੀਆਂ ਮੇਰੇ ਸਾਹਮਣੇ ਨਹੀਂ ਹੋ ਸਕਦੀਆਂ ਸ਼ੈਲੀ ਤੂੰ ਯਾਰ ਲੋਕਾਂ ਦੇ ਘਰੇ ਇਹੀ ਕੁਛ ਕਰਨ ਜਾਂਦੀ ਹੈ ਜੀ ਮੈਂ ਕਹਿ ਤਾਂ ਰਹੀ ਹਾਂ ਤੁਹਾਨੂੰ ਵੀ ਚਾਚੀ ਝੂਠੀ ਆ ਪੁੱਤ ਇਹਨੇ ਨਹੀਂ ਲੈਣ ਤੇ ਆਉਣਾ ਇਹਦੀ ਮਾਂ ਨੂੰ ਬੁਲਾ ਦੱਸ ਇਹਦੀਆਂ ਕਰਤੂਤਾਂ ਮੰਮੀ ਜੀ ਮੇਰੀ ਮਾਂ ਨੂੰ ਨਾ ਬਾਅਦ 'ਚੋਂ ਬੁਲਾਇਓ ਪਹਿਲਾਂ ਉਹ ਚਾਚੀ ਨੂੰ ਬੁਲਾਓ ਜਿਹਦੇ ਲਵੇ ਮੈਂ ਇੰਨੀਆਂ ਗੱਲਾਂ ਕਰਕੇ ਆਈ ਹਾਂ ਹਾਂ ਮੰਮੀ ਸ਼ੈਲੀ ਨੇ ਜਮੀ ਸਹੀ ਕਹਿੰਦੀ ਹੈ ਤੁਸੀਂ ਚਾਚੀ ਨੂੰ ਬੁਲਾਓ ਵੇ ਉਹ ਨਹੀਂ ਆ ਹੋ ਸਕਦੀ ਉਹ ਤਾਂ ਆਪਦੀ ਕੁੜੀ ਕੋਲੇ ਗਈ ਹੈ 15 ਦਿਨ ਵਾਸਤੇ ਜੇ ਮੰਮੀ ਚਾਚੀ ਗਈ ਹੋਈ ਹੈ ਫਿਰ ਤੁਹਾਨੂੰ ਇਹ ਸਾਰੀਆਂ ਗੱਲਾਂ ਕਿਨੇ ਦੱਸਦੀਆਂ ਵੇ ਮੈਂ ਤਾਂ ਬਾਹਰ ਖੜੀ ਸੀ ਉਹ ਤਾਂ ਜਾ ਰਹੀ ਸੀਗੀ ਉਹ 5 ਮਿੰਟ ਮੇਰੇ ਕੋਲੇ ਖੜ ਗਈ ਉਹਨੇ ਮੈਨੂੰ ਸਾਰੀਆਂ ਗੱਲਾਂ ਦੱਸੀਆਂ ਨੇ ਜੀ ਮੈਂ ਤੁਹਾਨੂੰ ਕਹਿ ਤਾਂ ਰਹੀ ਹਾਂ ਵੀ ਝੂਠ ਦੇ ਪੈ ਨਹੀਂ ਹੁੰਦੇ ਚਾਚੀ ਨਾ ਝੂਠੀ ਆ ਤੈਨੂੰ ਤਾਂ ਆਪੇ ਹੀ ਲੱਗਣਾ ਤੇਰਾ ਸੱਚ ਜੇ ਜਾਂਦੀ ਜਾਂਦੀ ਦੱਸ ਗਈ ਵੇ ਪੁੱਤ ਆਪਾਂ ਤੇਰੀ ਚਾਚੀ ਨੂੰ ਕੀ ਕਹਿ ਲਾਂਗੇ ਜਦੋਂ ਨਾ ਪੁੱਤ ਆਪਣੇ ਬੰਦੇ 'ਚ ਹੀ ਖੋਟ ਆ ਉਹ ਤਾਂ ਵਿਚਾਰੀ ਜਾਂਦੀ ਜਾਂਦੀ ਮੈਨੂੰ ਐਂ ਕਹਿ ਕੇ ਗਈ ਸੀ ਵੀ ਮੇਰਾ ਨਾਂ ਨਾ ਲਿਓ ਜੀ ਰੁਕੋ ਮੈਂ ਨਾ ਚਾਚੀ ਨੂੰ ਫੋਨ ਲਾਉਣੀ ਆ ਉਹ ਆਪ ਤਾਂ ਤੁਰ ਗਈ ਆਪਣੇ ਘਰੇ ਲੜਾਈ ਪਾ ਗਈ ਤੂੰ ਆ ਲੈ ਫੜ ਫੋਨ ਤੂੰ ਲਾ ਚਾਚੀ ਨੂੰ ਫੋਨ ਹੀ ਸਵਿਚ ਆਫ ਆ ਰਿਹਾ ਚਾਚੀ ਦਾ ਹੁਣ ਦੱਸੋ ਮੰਮੀ ਕੀ ਕਰੀਏ ਚਾਚੀ ਦਾ ਤਾਂ ਫੋਨ ਬੰਦ ਆਉਂਦਾ ਹੁਣ ਮੈਂ ਤਾਂ ਹੀ ਉਹ ਕਹਿੰਦੀ ਸੀ ਉਹ ਆਪ ਤਾਂ ਤੁਰ ਗਈ ਆਪਣੇ ਘਰੇ ਅੱਗ ਲਾ ਗਈ ਜੀ ਉਹਨੂੰ ਪਤਾ ਹੋਣਾ ਵੀ ਹੁਣ ਇਹਨਾਂ ਦੇ ਘਰ 'ਚ ਲੜਾਈ ਪਊਗੀ ਤਾਂ ਹੀ ਉਹ ਅੱਗ ਲਾ ਕੇ ਤੁਰਦੀ ਲੱਗੀ ਜੀ ਤੇਰੇ ਤਾਂ ਘਰ ਹੀ ਇਹੋ ਜਿਹੇ ਨੇ ਲੜਾਈ ਤਾਂ ਆਪੇ ਹੀ ਪੈਣੀ ਹੈ ਤੂੰ ਦੂਜਿਆਂ ਦੇ ਇਲਜ਼ਾਮ ਸੜਦੀ ਫਿਰਦੀ ਹੈ ਉਹ ਮੰਮੀ ਕਿਉਂ ਤੁਸੀਂ ਬਿਨਾਂ ਮਤਲਬ ਹੀ ਟੈਨਸ਼ਨ ਪਾਈ ਬੈਠੇ ਹੋ ਹੁਣ ਤੂੰ ਵੀ ਇਹਦੀ ਬੋਲੀ ਬੋਲ ਮੇਰੀ ਤਾਂ ਇਸ ਘਰ 'ਚ ਪੂਰਾ ਇੱਜ਼ਤ ਨਹੀਂ ਉਹ ਮੰਮੀ ਤੁਹਾਡੀ ਨਾ ਸਾਰੇ ਇੱਜ਼ਤ ਕਰਦੇ ਨੇ ਪਰ ਤੁਸੀਂ ਚਾਚੀ ਦੀਆਂ ਗੱਲਾਂ ਤੇ ਅੱਖਾਂ ਮੀਚ ਕੇ ਯਕੀਨ ਕਰੀ ਬੈਠੇ ਹੋ ਤੇ ਸ਼ੈਲੀ ਦੇ ਤੁਹਾਨੂੰ ਪੂਰਾ ਵਿਸ਼ਵਾਸ ਨਹੀਂ ਹੈਗਾ ਪੁੱਤ ਮੈਨੂੰ ਐਂ ਦੱਸ ਜੇ ਤੈਨੂੰ ਪਤਾ ਲੱਗੇ ਤੇਰੀ ਘਰ ਵਾਲੀ ਤੇਰੀ ਹੀ ਬੁਰਾਈ ਕਰਦੀ ਫਿਰਦੀ ਹੈ ਫਿਰ ਤੈਨੂੰ ਗੁੱਸਾ ਆਊਗਾ ਕਿ ਨਹੀਂ ਗੁੱਸਾ ਨਾ ਮੰਮੀ ਕਿਉਂਕਿ ਮੈਨੂੰ ਸ਼ੈਲੀ ਤੇ ਪੂਰਾ ਯਕੀਨ ਹੈ ਸ਼ੈਲੀ ਕਦੇ ਵੀ ਆਪਣੇ ਘਰ ਦੀ ਗੱਲ ਬਾਹਰ ਨਹੀਂ ਕੱਢ ਸਕਦੀ ਨਾਲੇ ਮੈਂ ਦੂਜਿਆਂ ਦੀ ਗੱਲ ਤੇ ਕਿਉਂ ਵਿਸ਼ਵਾਸ ਕਰਾਂ ਦੂਜਿਆਂ ਨਾਲੋਂ ਤਾਂ ਮੈਨੂੰ ਆਪਣਿਆਂ ਤੇ ਵਿਸ਼ਵਾਸ ਹੈ
बस जो चाची शैली बारे थोड़े को गल्लां करके गई है ना, जे उहदे उल्ट उह शैली लवे थोड़ियां चुगलियां कर दिंदी ते शैली थोड़े नाल आके लड़ पैंदी फिर। ओ मम्मी जो शैली बार बार थोनू कही जांदी है भी उहने थोड़ी गल चाची लवे नहीं करी, पर उह तों बाद तां फिर भी थोनू चाची दी यकीन है। मम्मी कईआं नूं ना आदत ही हुंदी है दूजिआं दे घरे अग ला के ना आप हत्थ सेकदे ने, ते उही कम चाची ने कीता। तू सही कहा पुत्त, लोगों का तो कम ही होंगे लड़ाई पवाओ तो तमाशा देखो, पर यह तो अपने पर डिपेंड करता ना पुत, आप अपने पर विश्वास करिए या दूजे पर। हाँ जी मम्मी जी ने ना बिल्कुल सही कहा, कदे भी दूजे दी गल्लां ते विश्वास करन तो पहला ना अपने नाल गलबात कर लैनी चाहिए है कि गल की सी, एवें बिना गल सुने गल का पतंगड़ बना यह गलत गल आ। जेकर तुसी साडी इस राय नाल सहमत हो तो इस वीडियो नूं वध तो वध शेयर करो, लाइक करो ते कमेंट करके सानू जरूर दस्यो कि तुहानू साडी ये वीडियो किदां दी लगी आ। सत श्री अकाल जी।